සම්මා සම්බුද්ධ ධර්මනිභාවය දෙනා සමුසිංහා සිංහරියා අධිපමයිකාත්‍ය කරුණාවේ ප්‍රථමයෙන් ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਤਿਆਰੇ ਸਰਬ ਸੰਤੋ ਪਹਿਚਾਨ ਕਰਨਾ ਆਪਦੀ ਚਰਨਾਂ ਵਿੱਚ ਨਿਵਾਸ ਰਖਤ ਕਰਨਾ ਆਪ ਦੇ ਚਕਰਾਂ ਤੋਂ ਮੁਕਤ ਕਰਨਾ ਮੁਕਤੀ ਦਾ ਦਾਨ ਪਾਣਾ ਪਾਤਸ਼ਾਹ ਜੀ ਦੂਰੋਂ ਨੇੜੋਂ ਚੱਲ ਕੇ ਸੰਤਾਂ ਆਪਦੀ ਦੇ ਦਰ ਤੇ ਨਿਆਂ ਨੇ ਪਾਤਸ਼ਾਹ ਜੀ ਸੰਤਾਂ ਦੀ ਕਥਨ ਕਰਨ ਮਹਾਰਾਜ ਸੇਵਾ ਸਿੱਧੀ ਪਾਤਸ਼ਾਹ ਜੀ ਕਦਮ ਕਦਮ ਦਰਗਾਹੇ ਦੇਖੇ ਨਾਮ ਨੂੰ ਪਾਤਸ਼ਾਹ ਜੀ ਗਿਆਨ ਘਟਾਉਣਾ ਆਪਣੀ ਚਰਨਾਂ ਚਾਹੀਆਂ ਦੇ ਬਜਾਨੇ ਕਰੋ ਮਹਾਰਾਜ ਸੰਗਤਾਂ ਦੇ ਖਜ਼ਾਨੇ ਭਰਪੂਰ ਕਰਨੇ ਕਾਲ ਕਰਨ ਅਤੇ ਦੂਰ ਕਰਨਾ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਭਾਣੇ ਨੂੰ ਮੰਨਦੇ ਹੋਏ ਮਹਾਰਾਜ ਸ੍ਰੀ ਪਰਿਵਾਰ ਵੱਲੋਂ ਬੜਾ ਪ੍ਰਕਾਰ ਦੀ ਦੇਖ ਸਜ ਕੇ ਹਾਜ਼ਰ ਹੈ ਆਪ ਭੁਗਲਾ ਲੱਗਿਆ ਭੋਗ ਸਾਧ ਸੰਗਤ ਕੋ ਵਰਤੇ ਜੋ ਛੱਕੇ ਸੋ ਤੇਰਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੀ ਪਾਤਸ਼ਾਹ ਜੀ ਕਿਰਪਾ ਕਰੋ ਐਸਾ ਸਲਾਹੀ ਪ੍ਰਮਾਣ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੋ ਤਾਰੇ ਆਵੇ ਸੋ ਰਾਜੀ ਖੁਸ਼ੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਧਾਰੀ ਸਰਬੱਤ ਪ੍ਰੋਮਿਸਿੰਗ ਅਤੇ ਇਹਨਾਂ ਦੀ ਪ੍ਰੋਪਰ ਕੰਪਨੀ ਕੀ ਆ ਜਾਂਦੀ
Thank you.
ਸਰਬੱਤ ਮਾਈ ਭਾਈ ਆਪ ਦੁਖੀ ਗੱਲੇ ਦੇ ਸ਼ਰੀਕ ਹੋਏ ਅੱਜ ਅੰਤਮ ਅਰਦਾਸ ਤੇ ਪਹੁੰਚੇ ਹੋਏ ਸਾਰੇ ਹੀ ਆਪਣੀ ਰਸਮਾਂ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਤ ਦਵਾਰ ਜਪ ਕਰੋ ਇਹ ਮੁੜ ਤੋਂ ਰੀਤ ਚੱਲੀ ਆਈ ਹੈ ਕਿ ਜੋ ਵੀ ਇਨਸਾਨ ਇਸ ਧਰਤੀ 'ਤੇ ਆਇਆ ਹੈ ਉਸਨੇ ਇੱਕ ਦਿਨ ਜ਼ਰੂਰ ਚਲੇ ਜਾਣਾ ਹੈ ਪੱਕੀ ਨਾ ਹੀ ਮੈਂ ਡੱਡਣੀ ਪੱਕੀ ਵੱਢਣ ਹਾਰ ਕੱਚੀ ਨਾ ਹੀ ਮੈਂ ਪੱਕਰੀ ਪੱਕੀ ਵੱਢਣ ਹਾਰ ਲੈ ਕੇ ਦਾਤ ਬਹੁਤ ਅਲਾਵੇ ਕਰਦੇ ਆ ਚਾਹੇ ਉਮਰ ਛੋਟੀ ਹੋਵੇ ਚਾਹੇ ਅੱਧ ਵਿਚਾਲੇ ਹੋਵੇ ਚਾਹੇ ਬਜ਼ੁਰਗ ਹੋਵੇ ਮੌਤ ਦਾ ਅਟਲ ਸੱਚਾਈ ਹੈ ਮਰਨਾ ਸੱਚ ਤੇ ਜਿਉਣਾ ਝੂਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦੇ ਵਿੱਚ ਬੈਠੀ ਗੁਰੂ ਪਿਆਰੀ ਸਾਸ ਜੀ ਹੋ ਇਸ ਮਾਤ ਲੋਕ ਤੇ ਜੋ ਵੀ ਇਨਸਾਨ ਨੇ ਜਨਮ ਲਿਆ ਹੈ ਮਾਤਾ ਦੇ ਗਰਭ ਤੋਂ ਲਿਆ ਹੋਇਆ ਮਾਂ ਦਾ ਰੱਬ ਦਾ ਰੂਪ ਹੈ ਦੂਜਾ ਮਾਂ ਦੀ ਪਰਿਭਾਸ਼ਾ ਜਿੰਨੀ ਵੀ ਕਹਿ ਦੀਏ ਥੋੜ੍ਹੀ ਪਰ ਅਕਾਲ ਪੁਰਖ ਦੀ ਬਾਣੀ ਤੋਂ ਵੱਧ ਨਹੀਂ ਕਿਉਂਕਿ ਇਨਸਾਨ ਨੂੰ ਜਨਮ ਦੇਣ ਵਾਲੀ ਇਸਤਰੀ ਹੈ ਇੱਕ ਬਚਪਨ ਦੇ ਵਿੱਚ ਪੁੱਤਰੀ ਬਣਦੀ ਹੈ ਫਿਰ ਜਵਾਨ ਹੋ ਕੇ ਅਰਧਾਂਗਨੀ ਬਣਦੀ ਹੈ ਅਤੇ ਬਾਅਦ ਦੇ ਵਿੱਚ ਮਾਤਾ ਬਣ ਕੇ ਬੱਚਿਆਂ ਨੂੰ ਪਿਆਰ ਕਰਦੀ ਹੈ ਅਤੇ ਪੁੱਤਰਾਂ ਨੂੰ ਪਿਆਰ ਕਰਕੇ ਦਾਦੀ ਬਣਦੀ ਹੈ ਨਾਨੀ ਵੀ ਬਣਦੀ ਹੈ ਸਤਿਗੁਰੂ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਪਹਿਲੇ ਪਿਆਰ ਲੱਗਾ ਤਨ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਬਯਾ ਬਾਪੀ ਦੇਵ ਚੌਥੇ ਪਿਆਰ ਪੰਨੀ ਖੇਲ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸੰਝ ਕੀ ਆ ਦਰਬਾਸ ਅਤੇ ਖੂਦ ਹੁਆ ਦਰਦਾਸ ਨਾਵੇ ਧੌਲੇ ਉੱਭੇ ਸਾਹਾ ਦਸਵੇਂ ਦੰਦਾ ਹਵਾ ਸੁਹਾ ਪਹਿਲੀ ਅਵਸਥਾ ਦੇ ਵਿੱਚ ਜਦ ਇਨਸਾਨ ਜਨਮ ਲੈਂਦਾ ਹੈ ਤਾਂ ਮਾਤਾ ਦੇ ਦੁੱਧ ਨਾਲ ਪਿਆਰ ਕਰਦਾ ਹੈ ਦੂਜੀ ਅਵਸਥਾ ਦੇ ਵਿੱਚ ਜਦ ਜਵਾਨ ਹੁੰਦਾ ਹੈ ਬੱਚਾ ਜਾਂਦਾ ਹੈ ਤੁਰਨ ਫਿਰਨ ਲੱਗ ਜਾਂਦਾ ਹੈ ਤਾਂ ਉਸਨੂੰ ਸਾਰੇ ਹੀ ਪਿਆਰ ਕਰਦੇ ਹਨ ਫਿਰ ਬੱਚੇ ਤੋਂ ਵੱਡਾ ਹੁੰਦਾ ਹੈ ਤਾਂ ਸਕੂਲ ਜਾਂਦੇ ਪੜ੍ਹਦਾ ਹੈ ਮਿਲਦਾ ਹੈ ਪੜ੍ਹਾਈ ਕਰਕੇ ਜਵਾਨ ਹੋਇਆ ਅਤੇ ਮਾਤਾ ਦੇ ਪਿਆਰ ਆਉਂਦਾ ਹੈ ਮਾਤਾ ਕਹਿੰਦੀ ਹੈ ਮੇਰਾ ਬੱਚਾ ਜਵਾਨ ਹੋ ਗਿਆ ਇਸ ਨੂੰ ਵਿਆਹ ਕੀਤਾ ਜਾਵੇ ਇਸ ਦਾ ਵਿਆਹ ਕੀਤਾ ਜਾਵੇ ਕੰਮ ਕਾਰ ਲੱਗੇ ਕੰਮ ਕਾਰ ਲੱਗਦਾ ਹੈ ਤਾਂ ਵਿਆਹ ਹੁੰਦਾ ਹੈ ਵਿਆਹ ਕਰਕੇ ਇਸਤਰੀ ਦਾ ਪਤੀ ਬਣਦਾ ਹੈ ਪਤੀ ਬਣ ਕੇ ਆਪਣੇ ਪਿਆਰ ਦੇ ਨਾਲ ਬੱਚੇ ਕਰਕੇ ਜਦ ਜਣੇਪਾ ਆਇਆ ਤਾਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਅਤੇ ਇਹ ਮਿੱਟੀ ਦੀ ਢੇਰੀ ਬਣ ਗਈ ਇੱਕ ਆਦਮ ਬਾਦਸ਼ਾਹ ਹੋਇਆ ਹੈ ਜਿਸਦਾ ਰਾਜ ਭਾਵ ਬਹੁਤ ਹੀ ਵੱਡਾ ਸੀ ਸਦਾ ਹੀ ਰਾਤ ਨੂੰ ਸੌਣ ਵੇਲੇ ਚੰਬੇਲੀ ਦੇ ਫੁੱਲ ਗੇਂਦੇ ਦੇ ਫੁੱਲ ਗੁਲਾਬ ਦੇ ਫੁੱਲ ਅਨੇਕਾਂ ਹੀ ਪ੍ਰਕਾਰ ਦੇ ਫੁੱਲ ਛਾ ਕੇ ਆਪਣੇ ਬਿਸਤਰ 'ਤੇ ਸੌਂਦਾ ਸੀ ਬਿਸਤਰ 'ਤੇ ਸੌਂਦਾ ਸੀ ਅਤੇ ਇੱਕ ਸੇਵਾਦਾਰ ਬਾਹਰ ਦਰਵਾਜ਼ੇ 'ਤੇ ਖੜ੍ਹਾ ਹੁੰਦਾ ਸੀ ਇੱਕ ਸੇਵਾਦਾਰਣੀ ਦੀ ਡਿਊਟੀ ਹੁੰਦੀ ਸੀ ਕਿ ਜਾ ਕਰਕੇ ਬਿਸਤਰਾ ਸਾਫ਼ ਕਰਕੇ ਉਸ ਦੇ ਉੱਪਰ ਫੁੱਲ ਵਿਛਾ ਕਰਕੇ ਸੇਜਾ ਤਿਆਰ ਕਰਨੀ ਸੇਜਾ ਤਿਆਰ ਕਰਨੀ ਅਤੇ ਪਹਿਰ ਰਾਤ ਹੁੰਦੇ ਸੇਜਾ ਤਿਆਰ ਹੁੰਦੀ ਜਦ ਰਾਜਾ ਆਪਣੇ ਬਿਸਤਰ 'ਤੇ ਜਾਂਦਾ ਅਤੇ ਉਸ ਫੁੱਲਾਂ ਵਾਲੀ ਸੀਜ ਦੀ ਸੁਣਦਾ ਇੱਕ ਦਿਨ ਉਸ ਸੇਵਾਦਾਰਣੀ ਨੇ ਫੁੱਲ ਵਿਛਾ ਕੇ ਬਿਸਤਰ ਤਿਆਰ ਕੀਤਾ
ਬਿਸਤਰ ਤਿਆਰ ਕਰਕੇ ਮਨ ਦੇ ਵਿੱਚ ਆਈ ਕਿ ਰੋਜ਼ ਹੀ ਰਾਜਾ ਸਾਡਾ ਇਸ ਫੁੱਲਾਂ ਦੀ ਸੇਜ ਤੇ ਸੌਂਦਾ ਹੈ, ਅੱਜ ਮੈਂ ਵੀ ਸੌਂ ਕੇ ਵੇਖਾਂ ਕਿ ਕਿੰਨਾ ਕੁ ਆਨੰਦ ਆਉਂਦਾ ਹੈ। ਇਹ ਸੇਵਾਦਾਰੀ ਬਿਸਤਰ ਤੇ ਸੌਂ ਗਈ, ਬਿਸਤਰ ਤੇ ਸੌਂਦਿਆਂ ਹੀ ਨੀਂਦ ਆ ਗਈ। ਕੁਝ ਸਮਾਂ ਬੀਤਿਆ ਹੈ ਤੇ ਰਾਜਾ ਜੀ ਅੰਦਰ ਪ੍ਰਵੇਸ਼ ਕਰੇ ਨੇ, ਕੀ ਦੇਖਿਆ ਹੈ ਕਿ ਉਹਨਾਂ ਦੀ ਸੇਵਾਦਾਰੀ ਉਸਦੇ ਫੁੱਲਾਂ ਦੇ ਬਿਸਤਰ ਤੇ ਫੁੱਲਾਂ ਦੀ ਸੇਜ ਤੇ ਸੌਂਦੀ ਪਈ। ਇੱਕ ਗੁੱਸਾ ਕ੍ਰੋਧ ਬੜਾ ਮਾਰਾ ਰਾਜੇ ਨੇ ਜਦ ਦੇਖਿਆ ਤਾਂ ਬਹੁਤ ਗੁੱਸੇ ਹੋਇਆ, ਮਨ ਦੇ ਵਿੱਚ ਕ੍ਰੋਧ ਆਇਆ ਤੇ ਸੌਂਦੀ ਲਈ ਤੇ ਸੇਵਾਦਾਰ ਨੇ ਕੁੱਟਣ ਲੱਗ ਪਏ। ਕੁੱਟਣ ਲੱਗ ਗਏ ਤੇ ਸੇਵਾਦਾਰ ਨਹੀਂ ਸੀ ਜੋ, ਉਹ ਕਦੇ ਹੱਸਦੀ ਤੇ ਕਦੇ ਰੋਂਦੀ ਹੈ। ਤੇ ਰਾਜੇ ਨੇ ਪੁੱਛਿਆ ਇਹ ਤਾਂ ਮੇਰੇ ਗੱਲ ਸਮਝ ਆਈ ਕਿ ਰੋਂਦੀ ਤਾਂ ਹੈ ਤੇ ਮਾਰ ਪੈਂਦੀ ਸੋਟੀਆਂ ਦੇ ਨਾਲ, ਇਹ ਹੱਸਦੀ ਕਿਉਂ ਹੈ ਇਹ ਮੈਨੂੰ ਦੱਸ। ਉਹਨੇ ਫਿਰ ਵੀ ਦੱਸਿਆ। ਕੁਝ ਸਮਾਂ ਬੀਤ ਗਿਆ, ਦੋ ਚਾਰ ਮਿੰਟ ਪੰਜ ਦਸ ਮਿੰਟ ਬੀਤ ਕੇ ਫਿਰ ਰਾਜੇ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੂੰ ਦੱਸ ਤੂੰ ਰੋਂਦੀ ਕਿਉਂ ਹੈ ਤੇ ਹੱਸਦੀ ਕਿਉਂ ਹੈ। ਤੇ ਉਸਨੇ ਕਿਹਾ ਕਿ ਮੈਂ ਹੱਸਦੀ ਤਾਂ ਕਿ ਰੋਜ਼ ਹੀ ਆਪ ਸੇਜਾਂ ਦੀ ਫੁੱਲਾਂ ਦੀ ਸੇਜ ਤੇ ਸੌਂਦੇ ਹੋ ਤੇ ਮੈਨੂੰ ਸੋਟੀਆਂ ਦੇ ਨਾਲ ਮਾਰ ਪੈ ਰਹੀ ਹੈ ਤੇ ਆਪ ਰੋਜ਼ ਹੀ ਫੁੱਲਾਂ ਦੀ ਸੇਜਾਂ ਤੇ ਸੌਂਦੇ ਹੋ ਤੇ ਅਗਲੀ ਦਰਗਾਹ ਦੇ ਵਿੱਚ ਆਪ ਕਿੰਨੀ ਕੁ ਮਾਰ ਪਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਦ ਸੱਟ ਲੱਗੀ ਰਾਜੇ ਦੇ ਤੇ ਆਪਣੀ ਪ੍ਰਜਾ ਇਕੱਤਰ ਕਰਕੇ ਤੇ ਆਪਣੇ ਸੰਸਤਰ ਨੂੰ ਕਹਿਣ ਲੱਗੇ ਕਿ ਸਾਰਾ ਰਾਜ ਭਾਗ ਤੁਸੀਂ ਸਾਂਭੋ, ਅਸੀਂ ਚੱਲਿਆ ਪ੍ਰਵਾਸ, ਬਾਹਰ ਜਾ ਕਰਕੇ ਨਾਮ ਜਪਾਂਗੇ, ਇਹ ਸਾਰਾ ਰਾਜ ਦੀ ਸੇਵਾ ਤੁਸੀਂ ਕਰਨੀ ਹੈ ਤੇ ਦੇਖਭਾਲ ਕਰਨੀ ਹੈ। ਰਾਜਾ ਜੀ ਨੇ ਇੱਕ ਸਰਾਣਾ, ਇੱਕ ਗੜਵਾ ਤੇ ਇੱਕ ਦਾਤਣ ਲਈ, ਤਿੰਨ ਚੀਜ਼ਾਂ ਲੈ ਕਰਕੇ ਯਾਤਰਾ ਤੇ ਬਾਹਰ ਨਿਕਲਦੇ ਜੰਗਲ ਪਈਆ ਪਾਂਤ ਤੇ ਗਏ। ਕੀ ਦੇਖਦੇ ਹਨ? ਇੱਕ ਕਿਸਾਨ ਹਲ ਵਾਹ ਕਰਕੇ ਮਿਹਨਤ ਮੁਸ਼ਕਤ ਕਰਕੇ ਢੀਮ ਦਾ ਸਰਾਣਾ ਲੈ ਕਰਕੇ ਪੱਥਰ ਦਾ ਵੱਟ ਦੇ ਸਰਾਣੇ ਪਿਆ ਹੈ ਤੇ ਜਾ ਕਰਕੇ ਸਰਾਣਾ ਉਸਨੂੰ ਦੇ ਦਿੱਤਾ। ਇਹ ਦਾਨ ਦੀ ਸੇਵਾ। ਅੱਗੇ ਚਲੇ ਗਏ, ਉਹਨੇ ਦੇਖਿਆ ਜਾ ਕਰਕੇ ਕਿ ਇੱਕ ਫਕੀਰ ਉਂਗਲਾਂ ਮਾਰ ਕੇ ਦੰਦ ਸਾਫ਼ ਕਰਿਆ, ਕੁਰਲੀ ਕਰ ਲਿਆ, ਉਸ ਨੂੰ ਦਾਤਾਂ ਦੀ ਸੇਵਾ ਦੇ ਦਿੱਤੀ। ਅੱਗੇ ਦੇਖਿਆ ਜਾ ਕਰਕੇ ਇੱਕ ਹੋਰ ਮੰਗਤਾਈ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਇਨਸਾਨ ਚੱਪੇ ਦੇ ਨਾਲ ਪਾਣੀ ਪੀ ਲਿਆ ਹੈ, ਉਸ ਨੂੰ ਗੜਵਾ ਦਾਨ ਦੇ ਦਿੱਤਾ। ਤਿੰਨੇ ਦਾਨ ਦੇ ਕਰਕੇ ਨਦੀ ਦੇ ਕਿਨਾਰੇ ਬੈਠ ਕੇ ਜਾ ਕੇ ਅਕਾਲ ਪੁਰਖ ਦਾ ਸਿਮਰਨ ਕਰਦੇ ਸਾਂ। ਉਸ ਸਮੇਂ ਦੇ ਵਿੱਚ ਸਤਿਯੁਗ ਦੇ ਵਿੱਚ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾ। ਅਕਾਲ ਪੁਰਖ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਸਿਮਰਨ ਸ਼ੁਰੂ ਕਰ ਦਿੱਤਾ ਤੇ ਅਕਾਲ ਪੁਰਖ ਦੀ ਐਸੀ ਕਿਰਪਾ ਹੋਈ ਕਿ ਸਾਰੇ ਹੀ ਸ੍ਰਿਸ਼ਟੀ ਉਸ ਦੇ ਨਾਲ ਸਹਿਮਤ ਹੋ ਗਏ, ਜੋ ਵੀ ਉਹ ਕਹਿੰਦਾ ਉਸੇ ਤਰ੍ਹਾਂ ਹੁੰਦਾ। ਆਪ ਪਹਿਲਾਂ ਪ੍ਰਾਣਪਤ ਸਮਝਾਂ ਦੇ ਵਿੱਚ ਜਦ ਆਪਣੇ ਪਾਸ ਪੁਰਾਣੇ ਵਸਤਰ ਹੋ ਜਾਂਦੇ ਸਨ, ਕੋਈ ਕੁੜਤਾ ਪਜਾਮਾ, ਕੋਈ ਪੈਂਟ ਸ਼ਰਟ, ਕੋਈ ਚਾਦਰਾ, ਉਸ ਨੂੰ ਇਕੱਤਰ ਕਰਕੇ ਆਪ ਇੱਕ ਗੋਦੜੀ ਬਣਾਉਂਦੇ ਸੀ, ਬਿਸਤਰ ਦਾ ਸਰਾਣਾ ਬਣਾਉਣ ਵਾਸਤੇ, ਵਿਛਾਉਣ ਵਾਸਤੇ ਗੋਦੜੀ। ਉਹ ਸੂਈ ਲੈ ਕਰਕੇ ਰਾਜਾ ਨੇ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੇ ਦੇਖਿਆ ਕਿ ਰਾਜਾ ਜੀ ਇਹ ਗੋਦੜੀ ਸੀ ਜਾਂਦੇ ਹਨ ਤੇ ਨਦੀ ਦੇ ਕਿਨਾਰੇ ਬੈਠੇ ਹਨ। ਰਾਜੇ ਨੇ ਸਿਰਸ ਨੂੰ ਜਾ ਕੇ ਰਾਜਪਾਲ ਦੇ ਹਿੱਤ ਜਾ ਕਰਕੇ ਦੱਸਿਆ ਕਿ ਆਪ ਜੀ ਦਾ ਪਿਤਾ ਰਾਜਾ ਅਦਮ ਬਾਦਸ਼ਾਹ ਜੋ ਸਾਰੇ ਹੀ ਰਾਜ ਦਾ ਮਾਲਕ ਹੈ, ਆਪ ਜੀ ਦਾ ਪਿਤਾ ਨਦੀ ਦੇ ਕਿਨਾਰੇ ਗੋਦੜੀ ਸੀ ਰਿਹਾ ਹੈ, ਬੈਠਾ ਹੈ, ਉਸ ਦੇ ਪਿੰਡੇ ਤੇ ਕੋਈ ਬਸਤਰ ਨਹੀਂ ਤੇ ਨੰਗੇ ਪਿੰਡੇ ਆ ਬੈਠੇ ਹੋ, ਪਰਮਾਤਮਾ ਦਾ ਨਾਮ ਜਪਣਾ ਤਾਂ ਘਰ ਤੱਕ ਲੈ ਕੇ ਜਪੋ, ਜਿੰਨਾ ਵੀ ਹੋ ਸਕਦਾ ਆਪ ਜੀ ਦੀ ਸੇਵਾ ਕਰਾਂਗੇ। ਅਦਮ ਬਾਦਸ਼ਾਹ ਨੇ ਕਿਹਾ
ਬੇਟਾ ਜੀ ਮੇਰੀ ਸੂਈ ਨਹਿਰ ਦੇ ਵਿੱਚ ਡਿੱਗੀ ਹੈ, ਦਰਿਆ ਦੇ ਵਿੱਚ, ਉਸ ਨੂੰ ਫੜ ਦੇ। ਰਾਜੇ ਨੇ ਸਿਰ ਨੇ ਕਿਹਾ, ਪਿਤਾ ਇੱਕ ਸੂਈ ਕੀ ਤੈਨੂੰ ਜਿੰਨੀਆਂ ਕਹੇਗਾ ਉਨੀਆਂ ਘਰ ਦੇ ਵਿੱਚ ਮਹਿਲ ਦੇ ਵਿੱਚ ਸੂਈਆਂ ਮਿਲ ਜਾਣਗੀਆਂ, ਤੁਸੀਂ ਘਰੇ ਚਲੇ ਜਾਓ। ਰਾਜੇ ਨੇ ਕਿਹਾ, ਨਹੀਂ, ਇਸ ਸੂਈ ਨਾਲ ਮੈਨੂੰ ਪਿਆਰ ਹੈ, ਇਸ ਸੂਈ ਨਾਲ ਮੈਨੂੰ ਪਿਆਰ ਹੈ, ਕਿਰਪਾ ਕਰਕੇ ਇਹੀ ਗੜ ਭੇਜੋ। ਟੋਭੇਦਾਰ ਲਾਏ, ਸੂਈ ਨਹੀਂ ਮਿਲੀ। ਰਾਜੇ ਨੇ ਕਿਹਾ, ਮੈਂ ਹੁਣ ਕੋਸ਼ਿਸ਼ ਕਰਕੇ ਵੇਖਦਾ ਹਾਂ, ਜੇਕਰ ਪਰਮਾਤਮਾ ਮੇਰੇ ਨਾਲ ਹੈ ਤਾਂ ਸੂਈ ਮੈਨੂੰ ਕੱਢ ਕੇ ਦੇਵੇਗਾ। ਜਲ ਦੇ ਵਿੱਚ ਆਵਾਜ਼ ਦਿੱਤੀ, ਉਸ ਵਕਤ ਮੱਛੀਆਂ ਨੇ ਆਵਾਜ਼ ਸੁਣੀ, ਮੱਛੀ ਦੇ ਮੂੰਹ ਦੇ ਵਿੱਚ ਸੂਈ ਫੜ ਕੇ ਰਾਜੇ ਨੂੰ ਭੇਟ ਕੀਤੀ। ਰਾਜੇ ਨੇ ਸੂਈ ਫੜੀ ਕਿ ਦੇਖ ਬੇਟਾ, ਇਹ ਸੂਈ ਹੈ ਜਿਹੜੇ ਤੇਰੇ ਟੋਪਿਆਂ ਨਾਲ ਨਹੀਂ ਮਿਲੀ, ਤੇ ਮੈਂ ਆਵਾਜ਼ ਦਿੱਤੀ ਤਾਂ ਸੂਈ ਮੇਰੇ ਪਾਸ ਪਹੁੰਚਣੀ, ਇਸ ਕਰਕੇ ਨਹੀਂ ਕਿਰਪਾ ਹੈ। ਐਸੀ ਪਾਤਸ਼ਾਹ ਦੀ ਕਿਰਪਾ ਹੈ, ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਨਾਲ ਪਰਮੇਸ਼ਵਰ ਸਾਥ ਮਿਲਦਾ ਹੈ। ਅੱਜ ਇਹ ਕਤਲ ਹੋਏਗਾ ਮਾਤਾ ਸੰਦੀਪ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ, ਜਿਨ੍ਹਾਂ ਦੇ ਪਤੀ ਸਰਦਾਰ ਅਮਰੋਜ ਸਿੰਘ ਜੀ ਅਤੇ ਉਹਨਾਂ ਦੀ ਖੜੀ ਹੋਈ ਪਰਵਾੜੀ ਸਰਦਾਰ ਸੁਖਿੰਦਰ ਸਿੰਘ ਜੀ ਮੈਂਬਰ ਸਾਹਿਬਾਨ, ਡਾਕਟਰ ਬਲਵਿੰਦਰ ਸਿੰਘ ਜੀ, ਸਰਦਾਰ ਅਮਰੋਜ ਸਿੰਘ ਜੀ, ਭਾਈ ਸਾਹਿਬ ਭਾਈ ਤਰਜੀਤ ਸਿੰਘ ਜੀ ਬਾਬਾ ਜੀ, ਇਹਨਾਂ ਦੇ ਮਾਤਾ ਜੀ ਸੁਰਜੀਤ ਕੌਰ ਜੀ ਅੱਜ ਅੰਤਮ ਅਰਦਾਸ ਦੇ ਸ਼ਾਮਲ ਹੋਏ ਹੋਏ। ਮਾਤਾ ਦਾ ਪਿਆਰ ਇਹ ਆਪ ਜੀ ਨੂੰ ਪਤਾ ਹੈ, ਜਿਸ ਤੋਂ ਵਿਛੋੜਾ ਹੁੰਦਾ ਉਸ ਨੂੰ ਪਤਾ ਹੈ। ਮਾਤਾ ਦਾ ਪਿਆਰ ਹਮੇਸ਼ਾ ਪੁੱਤਰਾਂ ਦੇ ਨਾਲ, ਦੇਖੋ ਕਦੇ ਅਨੁਵਾ ਕੇ ਪਿਤਾ ਆਪਣੀ ਪੁੱਤਰੀ ਨੂੰ ਜ਼ਿਆਦਾ ਪਿਆਰ ਕਰੇਗਾ ਅਤੇ ਮਾਤਾ ਹਮੇਸ਼ਾ ਆਪਣੇ ਪੁੱਤਰਾਂ ਨੂੰ ਪਿਆਰ ਕਰੇਗੀ। ਪੁੱਤਰ ਜੇ ਗਲਤੀ ਵੀ ਕਰਨ ਨਾ ਤੇ ਉਸ ਤੇ ਪਰਦਾ ਪਾਵੇਗੀ ਕਿ ਮੇਰਾ ਲਾਲ ਹੈ, ਮੇਰਾ ਪੁੱਤਰ ਹੈ, ਇਹ ਮੇਰਾ ਆਉਣ ਵਾਲੀ ਪੀੜ੍ਹੀ ਚੜ੍ਹਨ ਵਾਲਾ ਸੁਪੁੱਤਰ ਹੈ। ਚਾਰ ਦੇਵਾ
ਦਿੰਦੇ ਆਓ ਹਮਾਰੇ ਦਇਆ
जितनी भी संगत प्रशादा पानी शब्द मिले हुए हैं, कृपा करके अंतिम अरदास जरूर पर जरूर शामिल होना। सेवेदार बेनती है भाई, प्रशादा पानी कुछ समय वास्ते बंद किया जाए ता जो कोई होर कार्य करना जरूरी है वो बाद कर लिया जाए, अंतिम अरदास जरूर शामिल होना। सारे बेनती है भाई Yeah.
ਲੱਗਿਆ ਭੋਗ
ਪਰਤੇ ਜੋ ਸ਼ਕੇ ਸੋ ਤੇਰਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੀ ਪਾਤਸ਼ਾਹ ਜੀ ਕਿਰਪਾ ਕਰੋ ਐਸਾ ਸਲਾਹੀ ਪ੍ਰਮਾਨ ਬਖਸ਼ਿਸ਼ ਕਰਕੇ ਸੰਤਾਂ ਨੂੰ ਨਿਹਾਲ ਕਰੋ ਜੋ ਤਾਰੇ ਆਵੇ ਸੋ ਰਾਜੀ ਖੁਸ਼ੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਦਿਖਾਣੀ ਸਰਬੱਤ ਵਾਹਿਗੁਰੂ ਜੀ ਕੀ ਫਤਿਹ ਕਰਮ ਸਤਿਕਾਰਯੋਗ
ਗੁਰੂ ਪਿਆਰੇ ਸਾਡੇ ਨਾਲ ਸਤ ਸੰਗਤ ਮਨ ਲੜਕਾਏ ਮੰਡਲ ਮਿਆਏ ਜੀਵਨ ਸਾਜੇ ਪਾਏ ਆਵਣ ਜਾਵਣ ਖੇਡ ਬਣਾਇਆ ਆਗਿਆ ਕਰੇ ਪੀਣੀ ਮਾਇਆ ਸਾਡੇ ਗੁਰੂ ਮਾਤਾ ਜੀ ਮਾਤਾ ਸਰਜੀਤ ਕੌਰ ਸਰਬੱਤ ਸੰਗਤਾਂ ਸਰਬੱਤ ਸੰਗਤਾਂ ਬਹੁਤ ਇਕੱਤਰ ਹੋਈਆਂ ਹਨ ਸ਼ਰਧਾਂਜਲੀ ਦੇਣ ਵਾਸਤੇ ਸੋ ਅਗਲਾ ਪ੍ਰੋਗਰਾਮ ਜੋ ਸਟੇਜ ਹੈ ਉਹ ਸਾਡੇ ਵੱਡੇ ਵੀਰ ਤਮਨ ਪੱਤਰਕਾਰ ਜੀ ਅਗਲੀ ਸਟੇਜ ਜਿਹੜੀ ਸੰਭਾਲਣਗੇ ਸਮੇਂ ਨੂੰ ਸੰਕੋਚ ਕਰਦੇ ਹੋਏ ਅਗਲੀ ਸਟੇਜ ਜਿਹੜੀ ਹੈ ਉਹ ਅਗਲਾ ਪ੍ਰੋਗਰਾਮ ਤਮਨ ਸਟੇਜ ਮਾਤਾ ਸੁਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਈ ਸਾਧ ਸੰਗਤ ਜੀਓ ਕਿਰਪਾ ਕਰਕੇ ਫਤਿਹ ਬੁਲਾਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿਚਾਰ ਇੱਥੇ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਇਲਾਕੇ ਦੀ ਵੀ ਪੰਜਾਬ ਦੀ ਕਰੀਬ ਇਕੱਠੀ ਹੋਈ ਹੈ ਸਮਾਂ ਬਹੁਤ ਘੱਟ ਹੈ ਇਸ ਪਿੱਛੇ ਚੰਦ ਬੁਲਾਰਿਆਂ ਨੂੰ ਹੀ ਆਪਾਂ ਮੇਨ ਬੁਲਾਰਿਆਂ ਨੂੰ ਹੀ ਸੁਣਾਂਗੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮਾਤਾ ਸੁਰਜੀਤ ਕੌਰ ਜੀ ਜਿਵੇਂ ਕਿ ਆਪਾਂ ਕਹਿੰਦੇ ਹਾਂ ਜਦੋਂ ਕਿਸੇ ਵੀ ਪ੍ਰਾਣੀ ਦੀ ਮ੍ਰਿਤੂ ਹੋ ਜਾਂਦੀ ਹੈ ਉਸਦੇ ਕਰਮਾਂ ਦਾ ਲੇਖਾ ਉੱਪਰ ਧਰਮਰਾਜ ਜੀ ਕਰਦੇ ਹੈ ਅਤੇ ਨੀਚੇ ਸੰਸਾਰ ਦੇ ਵਿੱਚ ਵੀ ਉਹਨਾਂ ਦੇ ਕਰਮਾਂ ਦਾ ਲੇਖਾ ਅੰਤਮ ਅਰਦਾਸ ਦੇ ਵਿੱਚ ਜਾਂਚਿਆ ਜਾਂਦਾ ਹੈ ਆਪਾਂ ਵੇਖਦੇ ਹੀ ਪਏ ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਲੋਕ ਪਧਾਰੇ ਹਨ ਮਾਤਾ ਜੀ ਜਿੱਥੇ ਸਮਾਜਿਕ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਬਹੁਤ ਵਧੀਆ ਮੁਨਾਫਰੇ ਸੀ ਉੱਥੇ ਉਹ ਆਪਣੇ ਪਰਿਵਾਰ ਨੂੰ ਬਹੁਤ ਵਧੀਆ ਸਿਹਤ ਦੇ ਕੇ ਗਏ ਹੈ ਜਿਸ ਦੇ ਸਦਕਾ ਇਹਨਾਂ ਦੇ ਬੇਟੇ ਸੁਖਵਿੰਦਰ ਸਿੰਘ ਜੀ ਜੋ ਕਿ 3 ਵਾਰੀ ਮੈਂਬਰ ਪੰਚਾਇਤ ਰਹੇ ਹੈ ਔਰ ਦੂਸਰੇ ਬੇਟੇ ਸੰਪੂਰਨ ਸਿੰਘ ਜੀ ਜੋ ਇੱਕ ਬਹੁਤ ਵੱਡੇ ਕਾਰੋਬਾਰੀ ਅਤੇ ਕਾਰਖਾਨਾ ਚਲਾ ਰਹੇ ਹੈ ਤੀਸਰੇ ਬੇਟੇ ਜੋ ਕਿ ਫਤਿਹਗੜ੍ਹ ਸਾਹਿਬ ਦੇ ਇੰਜੀਨੀਅਰ ਕਾਲਜ ਦੇ 28 ਸਾਲ ਤੋਂ ਪ੍ਰੋਫੈਸਰ ਚੱਲੇ ਆ ਰਹੇ ਹਨ ਸਰਦਾਰ ਰੁਪਿੰਦਰ ਸਿੰਘ ਜੀ ਉਹਨਾਂ ਤੋਂ ਸਭ ਤੋਂ ਛੋਟੇ ਉਹਨਾਂ ਦੇ ਬੇਟੇ ਜੋ ਕਿ ਇਸ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਹਨ ਬਾਬਾ ਦਲਜੀਤ ਸਿੰਘ ਜੀ ਉਪ ਪ੍ਰਧਾਨ ਨਗਰ ਪੰਚਾਇਤ ਤੋਂ ਦੌੜ ਔਰ ਇਹਨਾਂ ਤੋਂ ਲਹਿਦਾ ਹੁਣ ਹਰ 4 ਬੇਟੀਆਂ ਇਹਨਾਂ ਦੀਆਂ ਜਿਹੜੀਆਂ ਕਿ ਆਪਣੇ ਪਰਿਵਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਬਿਲਕੁਲ ਸੁੱਖ ਸੁਖੀ ਆਪਣੇ ਪਰਿਵਾਰ ਨੂੰ ਨਿਭਾ ਰਹੀਆਂ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੀ ਅਤੇ ਨਿੱਜੀ ਸਕੱਤਰ ਜੋ ਉਹਨਾਂ ਵੱਲੋਂ ਇੱਥੇ ਹਾਜ਼ਰ ਹੋਏ ਹਨ ਸਰਦਾਰ ਦਲਜੀਤ ਸਿੰਘ ਜੀ ਦੇ ਲੋਕ ਸਟੇਜ 'ਤੇ ਆ ਕੇ ਆਪਣੇ ਵਿਚਾਰ ਰੱਖਣ ਬੀਬੀਆਂ ਭੈਣਾਂ ਇਸ ਅੰਤਮ ਘੜੀ ਦੇ ਵਿੱਚ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਾਈਮ ਵਾਕਈ ਬਹੁਤ ਜ਼ਿਆਦਾ ਹੋ ਗਿਆ ਸੋ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਹੀ ਬੇਨਤੀ ਕਰੂੰਗਾ ਕਿ ਸਾਡੇ ਮੰਤਰੀ ਜੀ ਕੱਲ੍ਹ ਇੱਥੇ ਸੀਗੇ ਰਾਣਾ ਗੁਰਮੀਤ ਸਿੰਘ ਸੋਢੀ ਸਾਹਿਬ ਜਿਹੜੇ ਖੇਡ ਮੰਤਰੀ ਹੈ ਪੰਜਾਬ ਦੇ ਉਹਨਾਂ ਨੇ ਦਾਸ ਨੂੰ ਹੁਕਮ ਲਾਇਆ ਕਿ ਤੁਸੀਂ ਉੱਥੇ ਮਮਦੋਟ ਜਾਣਾ ਹੈ ਕਿਉਂਕਿ ਬਾਬਾ ਦਲਜੀਤ ਸਿੰਘ ਨਾਲ ਉਹਨਾਂ ਦੇ ਕਾਫੀ ਨੇੜਤਾ ਹੈ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ ਗੁਰੂ ਹਰਦੀਪ ਸਿੰਘ ਜੀ ਸੋਢੀ ਸਾਹਿਬ ਜਿਹੜੇ ਕਿ ਆਪਣੇ ਵਿੱਚ ਹਾਜ਼ਰ ਹੈਗੇ ਹੈ ਉਹ ਵੀ ਆਏ ਹੈ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰੂੰਗਾ ਕਿਉਂਕਿ ਟਾਈਮ ਬੜਾ ਅਹਿਮ ਹੈ ਸੋ ਸੱਚੇ ਪਾਤਸ਼ਾਹ ਕੇ ਅਰਦਾਸ ਕਰਾਂਗੇ ਕਿ ਸਾਰੇ ਹੀ ਮੇਰਾ ਖਿਆਲ ਇਹਨਾਂ ਦੇ ਪਰਿਵਾਰ ਤੋਂ ਸਾਰੇ ਹੀ ਵਾਕਫ ਹੈ ਕੋਈ ਵੀ ਪਰਿਵਾਰ ਵੱਲੋਂ ਜੇ ਵਾਰ ਵਾਰ ਦੱਸਾਂਗੇ ਗੱਲ ਉਹ ਵੀ ਕਰਨੀ ਹੈ ਸਾਰੇ ਜਣੇ ਵਾਕਫ ਹੋ ਔਰ ਸੱਚੇ ਪਾਤਸ਼ਾਹ ਕੇ ਅਰਦਾਸ ਕਰਾਂਗੇ ਕਿ ਜਿਹੜੇ ਅਜਿਹੇ ਪਰਿਵਾਰ ਹੁੰਦੇ ਹੈ ਜਿਨ੍ਹਾਂ ਦਾ ਗੁਰਸਿੱਖੀ ਵਿੱਚ ਵੀ ਬਹੁਤ ਜ਼ਿਆਦਾ ਆਪਣਾ ਪਿਆਰ ਹੈ ਔਰ ਭਾਈਚਾਰੇ ਵਿੱਚ ਵੀ ਬਹੁਤ ਪਿਆਰ ਹੈ
और अगली गल मैं जरूर करूँगा कि जदों श्री गुरु ग्रंथ साहब की हजूरी में कीर्तनीय सिंह कीर्तन करके गए है, उस तो बाद अरदास हो जाती है और उस तो बाद हुक्मनामा लिया जाता है। जदों गुरु साहब वालों हुक्मनामा लिया जाता है तो अरदास हो जाती है। मेरा अपना विचार है कि श्रद्धांजलि जिहड़ी असी उस तो बाद नहीं दे सकते। परिवार को सच्चे पातशाह मेहर करे अगे वधे परिवार यह गल जरूर कर सकते हैं, पर श्रद्धांजलि लफ्ज है जिहड़ा, क्योंकि गुरु साहब तो वड्डी कोई चीज़ नहीं है। जदों इन्हां वल्लों हुक्म हो जाता है उस तो बाद श्रद्धांजलि लफ्ज है जिहड़ा, मेरा ख्याल है कि वह नहीं आउंदा गा। सो अपनी अपनी सोच है, मैं सच्चे पातशाह अगे अरदास यही करूँगा कि इहो जिहे जिहड़े परिवार है इन्हों का पता लगता है जदों इस तरह माता जी जिवें तुर गए हैं, बाद दे विच पता लगता है कि किन्नी सिख्या है, किन्ना प्यार है, किन्ना सारयां दे नाल उन्हां दा बहन उठन सी, किवें बच्चियां नूं अपणियां नूं सिख्या दित्ती है, भैणां साडियां नूं सिख्या दित्ती है। और राणा साहब दे वल्लों, सोढ़ी साहब वल्लों मैं माफ़ी मंगदा है कि वह अज जरूरी कैबिनेट मीटिंग करके नहीं आ सके, नहीं उन्हां ने हाजिर जरूर होना सी, और उन्हां दे वड्डे भाई साहब अपने भी हाजिर ने जो उन्हें पहले ही दस्सिया, और उन्हां वल्लों भी हाजरी कबूल करियो। और साडे कांग्रेस पार्टी वालों भी मैं हाजरी लवाउंदा होया अपना स्थान लाऊंगा, सतगुरु सच्चे पातशाह मेहर करे परिवार को चढ़ती कला में रखे, और आने वाले टाइम के जेडे माता जी काम कई बार काम करद्या काम अधूरे रह जाते हैं, जेडे काम माता जी को अधूरे रह गए हैं वो परिवार को सच्चे पातशाह शक्ति देवे कि वह पूरे कर सकन। वाहिगुरु जी का खालसा, श्री वाहिगुरु जी की फतेह। हाजरी लवा आए अगर महाराज जी हजूरी चा, इस तो अलावा साढ़े चेयरमैन गुरबचन सिंह जी कालटवा, एस एच ओ सिफारिश पाल सिंह जी, वकील सुरिंदर सिंह पाल सिद्धू जी, साढ़े नगर पंचायत के ईओ साहब, उन्होंने स्टाफ, इस तो अलावा करमदीप सिंह जैसी प्रधान राजमान नारंग, एक्सन सुरविंदर सिंह, एस डी ओ सरताज सिंह, हरदेव सिंह एम सी राजपुरा तो, इस तुम अलावा गुरविंदर सिंह चौड़ा गुरदासपुर तो मैंबर चेयर बोर्ड भी इतने हाजिर हो, समय की घाट करके असी बहुत बुलार समा नहीं दे रहे। इस तुम अलावा नगर पंचायत चमकौर के एम सी केवल किशन नारक, रजिंदर विज जी, अम्मा जी एम सी, बाबा कृष्ण जी एम सी, शिकारा सिंह जी एम सी, वरिंदर सिंह सैरण जी एम सी, मंगल सिंह जी एम सी, इस तरह होर भी शख्सियतें जी इतने हाजिर हुई, चमकौर सिंह सिब्बी सर्कल जथेदार, जोगा सिंह चेयरमैन, सरपंच इंद्रजीत सिंह सिब्बी, राजू चोपड़ा जी शहरी प्रधान, राजू चावला जी, सुखविंदर सिंह जी एम सी अपना सरदूलगढ़ तो, इंस्पैक्टर जगजीत सिंह जी। इस तो बाद मैं बेनती कराँगा कैबिनेट मंत्री राणा गुरबीर सिंह सोढ़ी जी के भरा सरदार हरदीप सिंह जी सोढ़ी जी सरदार फुल भेंट कर स्वामी सो दुख कैसा था। सब तो पहला मैं जो गिपियां इतने खड़िया हुई ने, मैं बेनती करांगा कि मैं दो मिनट तो ज़्यादा नहीं लाना है, क्योंकि टाइम ज़्यादा हो गया, पर बीबी जी मेहर करो और अपनी अपनी जगह जरा बैठ जाओ, इस गुरुद्वारे का स्थान ही समझो। जो भी पिछे वीर भरा खड़े ने, मैं बेनती करांगा कि दो मिनट जरा बैठ जाए, बीबी जी गौर करो जरा बैठ जाओ जी, दो मिनट बैठ जाओ बस। सारे इलाके की दूर दूर तो आई साध संगत जी, रागी जत्था जी, नगर निवासियों, भाई बंधुओं, वाहेगुरु जी का खालसा, वाहेगुरु जी की फतेह। सब तो पहला एक शोक संदेश, बड़ा ही दुख भरिया एक अफसोस का संदेश वालों राणा गुरमीत सिंह जी सोढ़ी MLA गुरुवर साहिब, कैबिनेट मिनिस्टर पंजाब सरकार।
सुबह बहुत ही जल्दी चंडीगढ़ वास्ते रवाना हो गया कि उत्थे कैबिनेट की मीटिंग सी। इस करके उन्होंने मेरी दस वर्षों का बड़ा पाई है प्रदीप ढिल्लों जी की ड्यूटी लाई कि हर हालत इतने पहुँचना हैगा क्योंकि जिथे प्यार होवे उत्थे सरकार होता है। सो भाइयो बीबीओ जो माता जी सारे परिवार को छड़ के चले गए हैं, माता सुरजीत कौर जी बड़े ही होनहार पिछे चार साहबजादे बहुत ही तारीफ उन्होंने मैं सुनी है, शायद मिलिया भी होगा उन्होंने कि सरदार सुखविंदर सिंह जी, सरदार सतपूरन सिंह जी और जिन्होंने डॉक्टरेट की है सरदार लखविंदर सिंह जी और इस इलाके की आज की मशहूर शख्सियत बाबा दलजीत सिंह जी प्रधान प्रधान के नाम से वो मशहूर ने जो चार सपुत्रियां। सो मैं समझता हाँ कि ऐसा होनहार परिवार जोड़ा है जो माँ हैगी है ऐसे परिवार के माँ ही डिसिप्लिन दे सकती है, मावं ठंडिया चावान ये गली माँ से ही एक आवत बनी हैगी है, आई तो नहीं बनी हजारा साल की बनी हैगी है कि जो माँ हमदर्दी हैगी है, जो माँ को प्यार है और जो माँ कुर्बानी कर सकती है अपनी औलाद से वो दुनिया के कोई भी नहीं कर सकता, चाहे पिता होए जितना मर्जी प्यार करे पिता का दर्जा माँ तो दूजी जगह नहीं आता है। और तुम देखो कि माँ एक ऐसा लफ्ज है वाहगुरु की दया नाल कोई अधिक दुनिया में भी देखी है जिस मुल्क च जाओगे जेड़ा माँ लफ्ज है वो यूनिवर्सल है, चाहे वह रूस है, जापान है, इंग्लैंड है, अफ्रीका हैगी है, अमरीका, कैनेडा कि जो माँ है सब समझे कि माँ कौन है। सो माँ की कोई रीस नहीं कर सकता, नहीं कर सकता इस दुनिया के उत्ते, माँ ने डिसिप्लिन देना है। जो कि डिसिप्लिन अजकल असं देखते हैं पिंडा क्योंकि आप पिंडा च रहने शहर उस तो माड़ा डिसिप्लिन की घाट हैगी है, बहुत ज़्यादा घाट हैगी है। और डिसिप्लिन की चीज़ है कि कहने के बिच रहना, प्रमाण च रहना, प्रमाण च। मैनू याद है कि साढ़े बाप दादे के वेले जे कोई लड़का प्रमाण च नहीं सी रहिंदा ना प्रमाणी के बिच उन्हां नूं घरों निकाला दिता जाता सी, एक करक्ट फैक्ट है, बहुत ही एक करक्ट फैक्ट है कि मजबूर होके जिहड़े पिता सी उस जमाने आए तो 100 साल पहला कौड़ा कुल भर के ना फरमानी दे विच कहने ना मनन दे विच अपनी औलाद नूं सत श्री अकाल कहते हैं कि जाओ काका जी बड़ी हो गई है जिंदगी दे विच आपणी तुसीं नवा रस्ता जा के देखो। सो दूसरी ये गल हैगी है कि असी जिहड़ी भाणे की गल है भाणा कहना सौखा मनना बड़ा भाणा मनो जी, पर जिन्हां नाल बीती है उन्हां दे अंदर नहीं कोई बढ़ के देखता कि अज साढ़े नाल भाणा की कर रहा है। और जो वाकया होया मैं चंद लाइना उसने लिखिया है कि फिर उस परिवार च की होंदा है जिस वेले ये घड़ी वापर जाए फिर बादल गरजा आसमान। असीं कहिंदे हां जी मौसम बड़ा चंगा है, वो मौसम भी चंगा जिहड़ा फिक्का पै जांदा है, बादल गरजा आसमान बुझ गए दिए भयंकर तूफान, एयर कंडीशन कमरे के बीच भी बैठिया तुहाडे जिसम से अंदर तूफान आ जाता है क्योंकि कोई ऐसा परिवार नहीं हैगा कि जिस घर के बीच ये घड़ी ना वापरी हुई। फिर बादल गरजा आसमान बुझ गए दिए भयंकर तूफान, बाघ से बन गया रेगिस्तान,
ਭਰਿਆ ਹੋਇਆ ਬਾਗ ਚਾਹੇ ਅੰਬਾਂ ਦਾ ਅਮਰੂਦਾਂ ਦਾ, ਔਰ ਦਿਮਾਗੀ ਤੌਰ ਤੇ ਕੀ ਲੱਗਦਾ ਹੈ, ਰੇਗਿਸਤਾਨ ਹੋ ਗਿਆ, ਰੇਤਾਂ ਦੇ ਟਿੱਬਿਆਂ ਤੇ ਬਹਿ ਗਿਆ, ਬਸ ਸਾਰੀ ਦੁਨੀਆਂ ਖਤਮ ਹੋ ਗਈ ਹੈ। ਬਾਗ ਸੇ ਬਣ ਗਿਆ ਰੇਗਿਸਤਾਨ, ਇੱਕ ਪਲ ਮੇਂ ਹੁਆ ਵਿਆ, ਇੱਕ ਮਹਿਕ ਕਾ ਹੁਆ ਗੁਲਿਸਤਾਨ, ਇੱਕ ਫੁੱਲਾਂ ਦੀ ਬਾਗ ਬਗੀਚੀ, ਇੱਕ ਪਲ, ਇੱਕ ਮਿੰਟ, ਅੱਖ ਚਮਕਣ ਦੀ ਦੇਰ ਹੈ, ਪਲ ਕਹਿੰਦੇ ਅੱਖ ਚਮਕਣ, ਮਹਿਕ ਕਾ ਹੁਆ ਗੁਲਿਸਤਾਨ, ਇੱਕ ਪਲ ਮੇਂ ਹੁਆ ਵਿਰਾਨ, ਫੁੱਲਾਂ ਦੀ ਜਗ੍ਹਾ ਫਿਰ ਉੱਥੇ ਕੀ ਹੈ, ਗੱਡੇ ਦਿਸਦੇ ਵਿਰਾਨ, ਹੋਣੀ ਕਿ ਆਗੇ ਕਿਆ ਹੈ ਇਨਸਾਨ, ਹੋਣੀ ਵਾਪਰ ਗਈ, ਹੋਣੀ ਅਸੀਂ ਕਿਹਨੂੰ ਕਹਿੰਦੇ ਹਾਂ, ਨਾ ਹੋਣੇ, ਹੋਣੀ ਤੇ ਨਾ ਹੋਣੇ ਇਹਨਾਂ ਦਾ ਜਿਹੜਾ ਐਂਡ ਰਿਜ਼ਲਟ ਹੈ ਇੱਕੋ ਹੀ ਹੈ, ਹੋਣੀ ਕਿ ਆਗੇ ਕਿਆ ਹੈ ਇਨਸਾਨ, ਸਭ ਕਹੇ ਦਾਤਾ ਕਾ ਫਰਮਾਨ, ਹੁਣ ਇੱਥੇ ਆ ਗਈ ਕਿ ਇਹਦੀ ਭਾਣਾ, ਸਭ ਕਹਿ ਦਾਦਾ ਕਾ ਪਰਿਮਾਣ, ਪਿੱਛੇ ਕਿਆ ਰਹਿ ਗਿਆ, ਜੋ ਚਲੇ ਗਏ ਉਹਨਾਂ ਨੇ ਪਿੱਛੇ ਕੁਛ ਛੱਡ ਕੇ ਗਏ ਨੇ, ਕੀ ਛੱਡ ਕੇ ਗਏ ਨੇ, ਪਿੱਛੇ ਰਹਿ ਗਿਆ ਨਾਮ ਔਰ ਇਮਾਨ, ਇੱਕ ਤਾਂ ਨਾਂ ਕਮਾਉਣਾ, ਪਰ ਨਾਂ ਦੇ ਨਾਲ ਜੇ ਠੱਗੀਆਂ ਨੇ ਤੇ ਉਹ ਫਿਰ ਇਮਾਨ ਨਹੀਂ ਹੁੰਦਾ, ਨਾਂ ਅਧੂਰਾ ਰਹਿ ਜਾਂਦਾ, ਪਿੱਛੇ ਰਹਿ ਗਿਆ ਨਾਮ ਔਰ ਇਮਾਨ, ਜਿਹੜਾ ਕਿ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਘੱਟ ਹੈ, ਸ਼ੁਕਰ ਹੈ ਕਿ ਖਤਮ ਨਹੀਂ ਹੋਇਆ, ਨਾਮ ਔਰ ਇਮਾਨ, ਵਾਹਿਗੁਰੂ ਸੇ ਬੇਨਤੀ, ਵਾਲੀ ਦੋ ਜਹਾਨ ਰੂਹ ਕੋ ਦੇਣਾ ਚਰਨੋਂ ਮੇਂ ਸਥਾਨ, ਸੋ ਹੇ ਸੱਚੇ ਪਾਤਸ਼ਾਹ, ਜੋ ਐਡੀ ਇਲਾਕੇ ਦੀ ਅਰਦਾਸ ਹੈ, ਅਰਦਾਸ ਇੱਕ ਬੇਨਤੀ ਹੈ, ਔਰ ਜਿੱਥੇ ਸੈਂਕੜੇ ਹਜ਼ਾਰਾਂ ਅਸੀਂ ਅਰਦਾਸ ਕਰੀਏ ਉਹ ਕਦੀ ਵਿਅਰਥ ਨਹੀਂ ਜਾ ਸਕਦੀ, ਹੇ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਰੂਹ ਦੇ ਵਿੱਚ ਚਰਨਾਂ ਦਾ ਸਥਾਨ ਦਿਆ ਜਾਏ, ਔਰ ਜੋ ਉਹਨਾਂ ਦੇ ਸਪੁੱਤਰ ਨੇ, ਮੈਂ ਵੱਲੋਂ ਰਾਣਾ ਸੂਰੀ ਪਰਿਵਾਰ ਨੂੰ ਯਕੀਨ ਦਿੰਦਾ ਕਿ ਧੁੱਪ ਹੋਵੇ, ਛਾਂ ਹੋਵੇ, ਦਿਨ ਹੋਵੇ, ਰਾਤ ਹੋਵੇ, ਅਸੀਂ ਸਦਾ ਹੀ ਉਹਨਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਡੇ ਹਰਮਨ ਪਿਆਰੇ ਹਲਕਾ ਵਿਧਾਇਕ ਜਸਵੇਲ ਸਿੰਘ ਜੀ ਲਾਡੀਗਰੀ ਜੀ ਨੂੰ ਸਟੇਜ 'ਤੇ ਬੁਲਾਵਾਂ। ਮੈਂ ਇੱਥੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦੇ ਸਕਦੇ, ਉਹਨਾਂ ਦੇ ਨਾਮ ਜ਼ਰੂਰ ਲਾਂਗਾ, ਉਹਨਾਂ ਦੀ ਹਾਜ਼ਰੀ ਜ਼ਰੂਰ ਬੋਲਾਂਗਾ। ਅਨਵਰ ਹੁਸੈਨ ਜੀ ਦਾ ਸੈਕਟਰੀ ਪੰਜਾਬ ਕਾਂਗਰਸ ਕਮੇਟੀ, ਸਾਰੇ ਸੰਸਥਾਨ ਚੇਅਰਮੈਨ ਕਾਂਗਰਸ ਪੰਜਾਬ, ਇਸ ਤੋਂ ਇਲਾਵਾ ਪ੍ਰਧਾਨ ਰਵਿਦਾਸ ਚਾਵਲਾ ਜੀ, ਪ੍ਰਧਾਨ ਵਿਸ਼ਕਰਮਾ ਸਭਾ ਰੌਲਾ ਸਿੰਘ ਜੀ, ਅਸ਼ੋਕ ਸਹਿਗਲ ਜੀ BJP ਜ਼ਿਲ੍ਹੇ ਦੇ ਉਮੀਦ ਪ੍ਰਧਾਨ, ਇਸ ਤੋਂ ਇਲਾਵਾ ਸੰਜਾਰ ਚੁਣੇ ਮਨਦੋੜ, ਚੇਅਰਮੈਨ ਬਰਿੰਦਰ ਸਿੰਘ ਜੀ, ਸਾਬਕਾ ਚੇਅਰਮੈਨ ਬਰਿੰਦਰ ਸਿੰਘ ਜੀ ਨੌਰ, ਪ੍ਰਧਾਨ ਅਵਤਾਰ ਸਿੰਘ ਜੀ ਲੋਧਰਾ, ਸੁਰਜੀਤ ਸਿੰਘ ਜੀ ਪੁਨਰਵਾਨ, ਸਾਡੇ ਬਹੁਤ ਹੀ ਪਿਆਰੇ ਯੂਥ ਨੇਤਾ ਨੀਟਾ ਸੋਢੀ ਜੀ, ਮਹਿਤਾਬ ਸਿੰਘ ਜੀ ਕਾਂਗਰਸੀ ਆਗੂ, ਕਾਲੀ ਮਨਚੰਦਾ ਜੀ, ਮਹਿੰਦਰ ਵਧਾਉਣ ਜੀ, ਸਚਦੇਵਾ ਜੀ ਟਰੱਸਟ ਲੁਧਿਆਣਾ ਤੋਂ ਪਹੁੰਚੇ ਹੋਏ ਨੇ, ਆਮ ਆਦਮੀ ਪਾਰਟੀ ਦੇ ਬਲਰਾਜ ਸਿੰਘ ਸੰਧੂ ਜੀ, ਸਰਪੰਚ ਸੁਭਾਸ਼ ਧਵਨ ਜੀ, ਜ਼ਿਲ੍ਹਾ ਯੂਥ ਕੋਆਰਡੀਨੇਟਰ ਰਮੀਤ ਸਿੰਘ ਖਹਿਰਾ ਜੀ, ਭਾਰਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਲਾਹੌਰੀਆ, ਸ਼ੋਕ ਸਮਾਚਾਰ ਇੱਕ ਪਹੁੰਚਿਆ ਮਾਲਵਾ ਪੋਲੀਟੈਕਨਿਕ ਕਾਲਜ ਫਰੀਦਕੋਟ ਤੋਂ, ਉਹਨਾਂ ਦੀ ਵੀ ਹਾਜ਼ਰੀ ਲੱਗੀ ਹੈ। ਇਸ ਤੋਂ ਇਲਾਵਾ ਦੇਸ਼ ਦਾ ਚੌਥਾ ਥੰਮ ਸਮਝੇ ਜਾਂਦੇ ਪੱਤਰਕਾਰ ਭਾਈਚਾਰੇ ਵਿੱਚੋਂ, ਪ੍ਰੈਸ ਕਲੱਬ ਫਿਰੋਜ਼ਪੁਰ ਚੋਂ ਜਸਵਿੰਦਰ ਸਿੰਘ ਜੀ ਸੰਧੂ, ਅਜੀਤ ਦੇ ਜੋ ਪੱਤਰਕਾਰ ਨੇ ਫਿਰੋਜ਼ਪੁਰ ਤੋਂ, ਅਤੇ ਫਿਰੋਜ਼ਪੁਰ ਪ੍ਰੈਸ ਕਲੱਬ ਦਿਹਾਤੀ ਤੋਂ ਪ੍ਰਧਾਨ ਜਸਵੰਤ ਸਿੰਘ ਜੀ ਥਿੰਨ, ਬਲਦੇਵ ਰਾਜ ਜੀ ਸ਼ਰਮਾ, ਸੰਜੀਵ ਮਦਾਨ ਜੀ, ਬੋਬੀ ਧਾਮਨ ਜੀ, ਜਸਵੀਰ ਸਿੰਘ ਜੀ, ਨਿਰਵੈਰ ਸਿੰਘ ਸਿੰਧੀ, ਜੋਗਿੰਦਰ ਸਿੰਘ ਭੋਲਾ ਜੀ, ਨੀਟਾ ਸੋਢੀ ਜੀ, ਇਸ ਤੋਂ ਇਲਾਵਾ ਦੁਸਹਿਰਾ ਕਮੇਟੀ ਮੰਗੋੜ ਵੀ ਨੇ ਵੀ ਆਪਣਾ ਸ਼ੋਕ ਸਮਾਚਾਰ ਭੇਜਿਆ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸਿਮਰਾਣੀ ਵਿਖੇ ਜੋ ਉਹਨਾਂ ਨੇ ਆਪਣਾ ਸ਼ੋਕ ਸਮਾਚਾਰ ਭੇਜਿਆ। ਬਾਕੀ ਜੇ ਕਿਸੇ ਵੀਰ ਭਰਾ ਦਾ ਨਾਂ ਰਹਿ ਗਿਆ ਹੋਵੇ ਮੈਂ ਖਿਮਾ ਦਾ ਜਾਚਕਾ
सारिया ही प्रमुख शख्सियतों ने साधक मंत्री जी बैठे ने निमिका तो हम मैं बेनती करांगा साडे हरमन प्यारे विधायक जसमेल सिंह लाठीगारी जी अपने शब्दों के फुल भेंट करेंगे। गुरु ग्रंथ साहब के पवित्र हजूरी सारी बैठी सत्संग जी फतेह अर्ज करता वाहेगुरु जी का खालसा श्री वाहेगुरु जी की। अज बड़े दुख नाल कहना पैंदा कि साडी माता सरजीत कौर पत्नी सरदार त्रिलोक सिंह दी अंतम अरदास विच शामिल होए आ। उन्हां दे सुपुत्र सरदार सुखविंदर जी जो कि अमदौर दे 3 वारी पंचायत मैंबर बने आ, सरदार लखविंदर सिंह जी जो कि प्रोफेसर आ कॉलेज दे विच, सरदार पूर्ण सिंह जी, सरदार दलजीत सिंह बाबा जी साडे वाइस प्रधान नगर पाल नगर पंचायत अमदौर, ये जिहड़ा परिवार बहुत इहनूं चंगा साडे अमदौर दे विच एक नंबर गिणिया जांदा। और माता जी दा कई वारी मेल मिलाप होया, उन्हां दा बड़ा मिठा ते निघा सुभाव सी। मैं परमात्मा के चरणां च ये अरदास करता हाँ, हे परमात्मा माता जी नूं आपणे चरणां च स्थान बख्शे, पिछे रिश्तेदारां नूं भाणा मानण दा बल बख्शे। वाहेगुरु जी का खालसा श्री वाहेगुरु जी की फतेह। ਸਾਡੇ ਦਰਮਿਆਨ ਪੱਤਰਕਾਰ ਰੀਸ਼ਮਾ ਸਿੰਘ ਜੀ ਵੀ ਪਹੁੰਚੇ ਹੋਏ ਹਨ। ਸੋ ਪਰਿਵਾਰ ਵੱਲੋਂ ਸਾਰੇ ਪਹੁੰਚੇ ਹੋਈਆਂ ਸੰਗਤਾਂ ਦਾ ਕੋਟਨ ਕੋਟਨ ਧੰਨਵਾਦ। ਔਰ ਸਾਰਿਆਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ ਆਈ ਹੋਈ ਸੰਗਤ ਪ੍ਰਸ਼ਾਦਾ ਛਕ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।